ਭਾਰਤ ਤੋਂ ਆਉਣ ਵਾਲੀਆਂ ਡਾਇਰੈਕਟ ਫਲਾਈਟਸ ਦੇ ਉੱਪਰ ਕੈਨੇਡਾ ਦੇ ਵੱਲੋਂ ਅਪ੍ਰੈਲ 2021 ਨੂੰ ਰੋਕ ਲਗਾ ਦਿੱਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਪ੍ਰਵਾਸੀ ਭਾਰਤ ਦੇ ਵਿੱਚ ਫਸ ਗਏ ਸਨ ਅਤੇ ਵੀਜ਼ਾ ਹੁੰਦੇ ਹੋਏ ਵੀ ਟਰੈਵਲ ਨਹੀਂ ਕਰ ਪਾ ਰਹੇ ਸਨ। ਇਹਨਾਂ ਪਾਬੰਦੀਆਂ ਦੇ ਵਿੱਚ ਅਪ੍ਰੈਲ ਤੋਂ ਬਾਅਦ ਵਾਰ ਵਾਧਾ ਕੀਤਾ ਗਿਆ, ਪਰ ਹੁਣ ਪ੍ਰਵਾਸੀਆਂ ਦੇ ਲਈ ਇੱਕ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਏਅਰ ਕੈਨੇਡਾ ਨੇ ਆਪਣੀਆਂ ਡਾਇਰੈਕਟ ਫਲਾਈਟਸ ਰਿਜ਼ਿਊਮ ਕਰਨ ਦੇ ਬਾਰੇ ਜਾਣਕਾਰੀ ਦਿੱਤੀ ਹੈ। ਜੀ ਹਾਂ, ਹੁਣ ਬਹੁਤ ਜਲਦ ਹੀ ਵਿਦਿਆਰਥੀ ਕੈਨੇਡਾ ਜਾ ਸਕਣਗੇ। ਕੀ ਹੈ ਪੂਰੀ ਅਪਡੇਟ, ਆਓ ਜਾਣਦੇ ਹਾਂ। ਪਰ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜਲਦੀ ਜਲਦੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਏਅਰ ਕੈਨੇਡਾ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ ਦੇ ਉੱਪਰ ਲੋਕਾਂ ਦੇ ਵੱਲੋਂ ਰੋਜ਼ਾਨਾ ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਭਾਰਤ ਦੇ ਨਾਲ ਉਡਾਣਾਂ ਨੂੰ ਦੁਬਾਰਾ ਕਦੋਂ ਸ਼ੁਰੂ ਕੀਤਾ ਜਾਵੇਗਾ। ਇਸ ਦੇ ਉੱਪਰ ਏਅਰ ਕੈਨੇਡਾ ਦੇ ਵੱਲੋਂ ਜਵਾਬ ਦਿੱਤਾ ਜਾ ਰਿਹਾ ਹੈ। ਏਅਰ ਕੈਨੇਡਾ ਨੇ ਕਿਹਾ ਕਿ ਭਾਰਤ ਦੇ ਨਾਲ ਜੂਨ 22 ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ। ਇਸ ਦੇ ਨਾਲ ਹੀ ਏਅਰ ਕੈਨੇਡਾ ਦੇ ਵੱਲੋਂ ਇੱਕ ਲਿੰਕ ਵੀ ਅਟੈਚ ਕੀਤਾ ਗਿਆ ਹੈ। ਇਸ ਲਿੰਕ ਦੇ ਵਿੱਚ ਮੌਜੂਦਾ ਉਡਾਣਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਕੈਨੇਡਾ ਸਰਕਾਰ ਦੇ ਵੱਲੋਂ ਅਜੇ ਇਸ ਸੰਬੰਧੀ ਐਲਾਨ ਨਹੀਂ ਕੀਤਾ ਗਿਆ ਕਿ ਭਾਰਤ ਦੇ ਨਾਲ ਉਡਾਣਾਂ ਨੂੰ ਕਦੋਂ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ, ਪਰ ਏਅਰ ਕੈਨੇਡਾ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ ਦੇ ਉੱਪਰ ਜੋ ਭਾਰਤ ਦੇ ਨਾਲ ਫਲਾਈਟਾਂ ਸੰਬੰਧੀ ਸਵਾਲ ਪੁੱਛੇ ਜਾ ਰਹੇ ਨੇ, ਇਸ ਦੇ ਉੱਪਰ ਏਅਰ ਕੈਨੇਡਾ ਇਹੀ ਜਵਾਬ ਦੇ ਰਿਹਾ ਹੈ ਕਿ ਜੂਨ 22 ਤੋਂ ਭਾਰਤ ਦੇ ਨਾਲ ਕੈਨੇਡਾ ਡਾਇਰੈਕਟ ਫਲਾਈਟ ਸ਼ੁਰੂ ਕਰੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਸਰਕਾਰ ਦੇ ਵੱਲੋਂ ਇੱਕ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ ਕਿ ਕਦੋਂ ਪ੍ਰਵਾਸੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਹਨਾਂ ਦੇ ਵੱਲੋਂ ਇੱਕ ਈਵੈਂਟ ਨੂੰ ਸੰਬੋਧਿਤ ਕਰਦਿਆਂ ਹੋਇਆ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਯਾਤਰੀਆਂ ਦੇ ਆਉਣ ਦੇ ਉੱਪਰ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ। ਇਹਨਾਂ ਸ਼ਰਤਾਂ ਦੇ ਅਨੁਸਾਰ ਜਿਹੜਾ ਵੀ ਵਿਅਕਤੀ ਕੈਨੇਡਾ ਦੇ ਵਿੱਚ ਦਾਖਲ ਹੋਵੇਗਾ ਉਸਦੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗੇ ਹੋਣੇ ਚਾਹੀਦੇ ਹਨ ਅਤੇ ਇਹ ਦੋਨੋਂ ਡੋਜ਼ WHO ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੇ ਹੋਣੇ ਚਾਹੀਦੇ ਹਨ। ਵਿਦਿਆਰਥੀਆਂ ਦੇ ਲਈ ਇਹ ਇੱਕ ਰਾਹਤ ਵਾਲੀ ਖਬਰ ਹੈ ਅਤੇ ਇੱਕ ਉਮੀਦ ਵੀ ਹੈ ਕਿ ਜਲਦ ਹੀ ਕੈਨੇਡਾ ਉਹਨਾਂ ਦਾ ਮੁੜ ਤੋਂ ਸਵਾਗਤ ਕਰੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਲਾਈਟਸ ਕਦੋਂ ਤੋਂ ਅਤੇ ਕਿਹੜੇ ਨਿਯਮਾਂ ਦੇ ਨਾਲ ਸ਼ੁਰੂ ਕੀਤੀਆਂ ਜਾਂਦੀਆਂ ਹਨ। ਤੁਸੀਂ ਕੈਨੇਡਾ ਦੇ ਇਸ ਫੈਸਲੇ ਬਾਰੇ ਕੀ ਸੋਚਦੇ ਹੋ, ਸਾਨੂੰ ਆਪਣੀ ਰਾਏ ਨੀਚੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਬਿਊਰੋ ਰਿਪੋਰਟ, ਖਬਰ ਪੰਜਾਬੀ।